पहला नज़र मारो पिछे वाले बोर्ड पर, बोर्ड देख के तो ए एक बार नज़र लगती है, ऐ अंदेशा जहा पैंदा दिमाग दे विच भी आपां किसे बिल्डिंग दे नाल खड़े हाँ। पर हुण मैं तुहानू इत्थों दा दूसरा पार्ट दिखाउणा इधरला। यह खन्ने दीआं मेन मड़िया ने, मड़िया दे विच जिहड़ा आ बीजेपी का गुरप्रीत सिंह पट्टी जिहड़े कि इत्थों बीजेपी के दावेदार ने, उन्हां दा मड़िया दे विच पहली बार सुनिया है कि जिथे रब दे पोस्टर लगते होंदे सी, तुसीं इधरली साइड वेख सकदे हो, इधरली साइड बकायदा श्री हनुमान जी, जिहड़े गुरु नानक देव जी, हर एक भगवान की जिहड़ी है फोटो लगी हुई है। तो भगवान की फोटो का साइज़ वेख लो, जिन्हां नूं आपां रब मानते हाँ उन्हां दा साइज़ वेख लो फोटोआं दा, ते इधर दा पोस्टर दा साइज़ वेखो, यानी कि गुरप्रीत सिंह पट्टी की फोटो का साइज़ वेखो। इधर मोदी साहब ने, कैप्टन साहब भी विचे खड़े ने, ढींडसा साहब भी विचे ने, होर कोई इत्थे अंदर कोई फालतू कमर्शियल पोस्टर तो नहीं लगन देंदे सी तुसीं? नहीं, राजनीति कोई नहीं लगन देंदा जी, गुरुआं पीरां तो इलावा कोई भी। आह, मैं देख रहा भी ये तो गुरुआं पीरों तो भी वड्डी फोटो लाती है, इतने फिर ये किवें लग गई? इन्हां नूं मना किया सीगा जी, ये 3:26 ते जदों मैनूं फोन आया, मैं उन्हां नूं मना किया भी भाई उरे लगना नहीं गा, यह राजनीति कोई भी नहीं लगना हैगा, भी जे किसी ने लाउणा तां गुरु पीर दा ला दो, भी राजनीति कोई नहीं लगना है। वह कहते असं लावे जी। उन्होंने किने कहा यह चीज़ भी इतने मड़िया के जाके पोस्टर ला के आओ, थोड़ा पता किसी ने दसा कुछ उन्होंने? कुछ यह नहीं दसिया है, किसी ने जा तो उन्होंने शाड़िया साहब ने दसा होना, जा इन्हों पट्टी साहब ने दसा होना भी ला दो। उत्थे शहर च बहुत सारी जगह ने जिते जाके बोर्ड लगा सकती, पर उन्होंने जगह चुन के साडे मन की ठेस भावना पहुँचाई है। अगर ये हरकत श्रोमणी अकाली दल, मैं श्रोमणी अकाली दल वर्कर भी हाँ तो लीडर भी हाँ, अगर श्रोमणी अकाली दल भी हरकत करता तो मैं वो भी एक ਵੱਡੇ ਸ਼ਬਦਾਂ 'ਚ ਨਿਖੇਧੀ ਕਰਨੀ ਸੀ। ਗੱਲਬਾਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਕੋਲ? ਕੀਤੀ ਹੈ, ਮੇਰੀ SDM ਉਹਨਾਂ ਦਾ ਮੈਡਮ SDM ਨਾਲ ਵੀ ਗੱਲ ਹੋਈ ਹੈ, ਅਤੇ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵੀ ਮੈਂ ਛੇਤੀ ਤੋਂ ਛੇਤੀ ਮਤਲਬ ਕੋਈ ਨਾ ਕੋਈ ਇੱਥੇ ਟੀਮ ਹੈ ਜਿਹੜੀ ਭੇਜ ਰਹੀ ਹਾਂ। ਤੁਸੀਂ ਇੱਕ ਸ਼ਮਸ਼ਾਨ ਘਾਟ ਨੂੰ ਆਪਣਾ ਪਾਰਟੀ ਦਾ ਦਫ਼ਤਰ ਬਣਾ ਲਿਆ, ਉਹ ਸ਼ਰਮ ਕਰੋ ਯਾਰ, ਸ਼ਰਮ ਕਰੋ। ਇੱਦਾਂ ਜੇ ਵੋਟਾਂ ਜਿੱਤਣੀਆਂ ਨੇ, ਜੇ ਤੁਸੀਂ 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 ਮਰੇ ਹੋਏ ਬੰਦਿਆਂ ਦੇ ਨਾਮ ਦੇ ਉੱਤੇ ਵੋਟਾਂ ਜਿੱਤਣੀਆਂ ਨੇ ਤਾਂ ਬੜੀ ਲਾਂਟ ਵਾਲੀ ਗੱਲ ਹੈ। ਕੀ ਮੜੀਆਂ ਦੇ ਵਿੱਚ ਲਾਉਣ ਦੀ ਪਰਮਿਸ਼ਨ ਹੈ? ਪਲੇਸ ਤੇ ਨੋ ਪਰਮਿਸ਼ਨ, ਪਬਲਿਕ ਪਲੇਸ ਤੇ ਕੋਈ ਪਰਮਿਸ਼ਨ ਨਹੀਂ, ਪਬਲਿਕ ਪਲੇਸ ਤੇ ਇਸ ਤਰ੍ਹਾਂ ਬੈਨਰ ਜਾਂ ਬੋਰਡ ਨਹੀਂ ਲਗਾਇਆ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਿਹਾ ਹਾਂ, ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਸਭ ਤੋਂ ਪਹਿਲਾਂ ਨਜ਼ਰ ਮਾਰੋ ਪਿੱਛੇ ਵਾਲੇ ਬੋਰਡ 'ਤੇ, ਬੋਰਡ ਦੇਖ ਕੇ ਤਾਂ ਐਂ ਇੱਕ ਵਾਰ ਨਜ਼ਰ ਲੱਗਦੀ ਹੈ, ਐਂ ਅੰਦੇਸ਼ਾ ਜਿਹਾ ਪੈਂਦਾ ਦਿਮਾਗ ਦੇ ਵਿੱਚ ਵੀ ਆਪਾਂ ਕਿਸੇ ਬਿਲਡਿੰਗ ਦੇ ਨਾਲ ਖੜੇ ਹਾਂ। ਪਰ ਹੁਣ ਮੈਂ ਤੁਹਾਨੂੰ ਇੱਥੋਂ ਦਾ ਦੂਸਰਾ ਪਾਰਟ ਦਿਖਾਉਣਾ ਇੱਧਰਲਾ, ਕਿ ਇਹ ਖੰਨੇ ਦੀਆਂ ਮੇਨ ਮੜੀਆਂ ਨੇ, ਆਪਾਂ ਕਹਿ ਸਕਦੇ ਹਾਂ ਕਿ ਇਹ ਮੜੀਆਂ ਨੇ ਇਹ ਖੰਨੇ ਦੀਆਂ, ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਉੱਥੇ ਇੱਕ ਸੇਵਾ ਜਲ ਵੀ ਰਿਹਾ। ਅਤੇ ਇਹ ਮੜੀਆਂ ਦੇ ਵਿੱਚ ਜਿਹੜਾ ਆ ਬੀਜੇਪੀ ਦਾ ਗੁਰਪ੍ਰੀਤ ਸਿੰਘ ਪੱਟੀ ਜਿਹੜੇ ਕਿ ਇੱਥੋਂ ਬੀਜੇਪੀ ਦੇ ਦਾਅਵੇਦਾਰ ਨੇ, ਉਹਨਾਂ ਦਾ ਮੜੀਆਂ ਦੇ ਵਿੱਚ ਪਹਿਲੀ ਵਾਰ ਸੁਣਿਆ ਕਿ ਜਿੱਥੇ ਰੱਬ ਦੇ ਪੋਸਟਰ ਲੱਗਦੇ ਹੁੰਦੇ ਸੀ, ਤੁਸੀਂ ਇਧਰਲੀ ਸਾਈਡ ਵੇਖ ਸਕਦੇ ਹੋ, ਇਧਰਲੀ ਸਾਈਡ ਬਕਾਇਦਾ ਸ਼੍ਰੀ ਹਨੁਮਾਨ ਜੀ, ਜਿਹੜੇ ਗੁਰੂ ਨਾਨਕ ਦੇਵ ਜੀ, ਹਰ ਇੱਕ ਭਗਵਾਨ ਦੀ ਜਿਹੜੀ ਹੈ ਫੋਟੋ ਲੱਗੀ ਹੋਈ ਹੈ। ਅਤੇ ਭਗਵਾਨ ਦੀ ਫੋਟੋ ਦਾ ਸਾਈਜ਼ ਵੇਖ ਲਓ, ਜਿਨ੍ਹਾਂ ਨੂੰ ਆਪਾਂ ਰੱਬ ਮੰਨਦੇ ਹਾਂ ਉਹਨਾਂ ਦਾ ਸਾਈਜ਼ ਵੇਖ ਲਓ ਫੋਟੋਆਂ ਦਾ, ਅਤੇ ਇੱਧਰ ਦਾ ਪੋਸਟਰ ਦਾ ਸਾਈਜ਼ ਵੇਖੋ, ਯਾਨੀ ਕਿ ਗੁਰਪ੍ਰੀਤ ਸਿੰਘ ਪੱਟੀ ਦੀ ਫੋਟੋ ਦਾ ਸਾਈਜ਼ ਵੇਖੋ। ਇੱਧਰ ਮੋਦੀ ਸਾਹਿਬ ਨੇ, ਕੈਪਟਨ ਸਾਹਿਬ ਵੀ ਵਿੱਚੇ ਖੜ੍ਹੇ ਨੇ, ਢੀਂਡਸਾ ਸਾਹਿਬ ਵੀ ਵਿੱਚੇ ਨੇ, ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਜਿਹੜੇ ਉਸ ਟਾਈਮ ਮੌਜੂਦ ਸੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਿਰਮਲ ਸਿੰਘ ਆ ਵੀਰ ਜੀ। ਅੱਛਾ, ਤੁਸੀਂ ਇੱਥੇ ਬਤੌਰ ਸੇਵਾਦਾਰ ਹੋ? ਮੁੱਖ ਸੇਵਾਦਾਰ ਹਾਂ ਮੈਂ ਉਰੇ ਦਾ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਨ ਨੂੰ? ਘੱਟੋ ਘੱਟ ਹੋ ਗਏ 12-13 ਸਾਲ ਹੋ ਗਏ ਨੇ। ਅੱਛਾ, ਮੈਨੂੰ ਇੱਕ ਗੱਲ ਦੱਸੋ, ਜਿਹੜੀ ਆਹ ਭਗਵਾਨ ਜੀ ਉਹਨਾਂ ਦੇ ਸਾਰਿਆਂ ਦੇ ਰੱਬ ਦੇ ਜਿਹੜੇ ਪੋਸਟਰ ਲੱਗੇ ਹੋਏ ਨੇ, ਇਹਨਾਂ ਨੂੰ ਲਾਇਆ ਨੂੰ ਕਿੰਨਾ ਸਮਾਂ ਹੋ ਗਿਆ? ਇਹ ਸ਼ੁਰੂ ਤੋਂ ਹੀ ਜਦ ਤੋਂ ਬਣਾਏ ਸੀ ਜਦ ਤੋਂ ਹੀ ਲੱਗਦੇ ਆਉਂਦੇ ਸੀ। ਇਹਨਾਂ ਦਾ ਸਾਲ ਦਾ ਯਾਨੀ ਕਿ ਅਸੀਂ ਪੈਸਾ ਲੈਂਦੇ ਹੁੰਦੇ ਸੀਗੇ, ਸੰਸਥਾ ਸਾਡੀ ਪੈਸਾ ਲੈਂਦੀ ਸੀ, ਜੇ ਜੋ ਵੀ ਇੰਡਸਟਰੀ ਵਾਲੇ ਲਵਾਉਂਦੇ ਸੀ ਉਹਦੇ ਪੈਸੇ ਲੈਂਦੇ ਸੀਗੇ। ਇੱਕ ਨਵੇਂ ਸਾਲ ਤੋਂ ਬਾਅਦ ਆਪਣਾ ਚੇਂਜ ਕਰ ਦਿੰਦੇ ਸੀ ਉਹ ਬੋਰਡ। ਇਸ ਤੋਂ ਇਲਾਵਾ ਤਾਂ ਨਹੀਂ ਹੋਰ ਕੋਈ ਇੱਥੇ ਅੰਦਰ ਕੋਈ ਫਾਲਤੂ ਕਮਰਸ਼ੀਅਲ ਪੋਸਟਰ ਤਾਂ ਨਹੀਂ ਲੱਗਣ ਦਿੰਦੇ ਸੀ ਤੁਸੀਂ? ਨਹੀਂ, ਰਾਜਨੀਤੀ ਕੋਈ ਨਹੀਂ ਲੱਗਣ ਦਿੰਦਾ ਜੀ, ਗੁਰੂਆਂ ਪੀਰਾਂ ਤੋਂ ਇਲਾਵਾ ਕੋਈ ਵੀ। ਆਹ, ਮੈਂ ਦੇਖ ਰਿਹਾ ਵੀ ਇਹ ਤਾਂ ਗੁਰੂਆਂ ਪੀਰਾਂ ਤੋਂ ਵੀ ਵੱਡੀ ਫੋਟੋ ਲਾਤੀ ਹੈ, ਇੱਥੇ ਫਿਰ ਇਹ ਕਿਵੇਂ ਲੱਗ ਗਈ? ਇਹਨਾਂ ਨੂੰ ਮਨਾ ਕੀਤਾ ਸੀਗਾ ਜੀ, ਇਹ 3:26 ਤੇ ਜਦੋਂ ਮੈਨੂੰ ਫੋਨ ਆਇਆ, ਮੈਂ ਉਹਨਾਂ ਨੂੰ ਮਨਾ ਕੀਤਾ ਵੀ ਭਾਈ ਉਰੇ ਲੱਗਣਾ ਨਹੀਂ ਗਾ, ਇਹ ਰਾਜਨੀਤੀ ਕੋਈ ਵੀ ਨਹੀਂ ਲੱਗਣਾ ਹੈਗਾ, ਵੀ ਜੇ ਕਿਸੇ ਨੇ ਲਾਉਣਾ ਤਾਂ ਗੁਰੂ ਪੀਰ ਦਾ ਲਾ ਦਿਓ, ਵੀ ਰਾਜਨੀਤੀ ਕੋਈ ਨਹੀਂ ਲੱਗਣਾ ਹੈਗਾ। ਉਹ ਕਹਿੰਦੇ ਅਸੀਂ ਲਾਵਾਂਗੇ ਜੀ। ਇਹ ਕਿਹਦੀ ਵਰਡਿੰਗ ਸੀ ਇਹ? ਇਹ ਉਹਨਾਂ ਦੇ ਜਿਹੜੇ ਬੰਦੇ ਲਾਉਣ ਨੂੰ ਭੇਜੇ ਹੋਏ ਨੇ।
हाँ जी हाँ जी जेड़े तुसी किसे नू फिर दसन दी कोशिश नहीं कीती भी इत्थे तां अज तक कदे सियासी पोस्टर लगदा नहीं भी घट्टो घट्ट थां तां छड्ड दो इहनां ते जाने कि किसे दा मोबाइल नंबर नहीं मिलिया हैगा जानू मैं दाग लाउंदा सी 4 बजे 3:26 लग्या है 4 बजे मैं दाग लाउंदा सीगा ओह तों बाद मैं हुण वेहला होया वा ला के दाग हाँ अच्छा यानी कि हुण मतलब कि इह उहनां ने लाई गए और रुके नहीं गए ओह रुके नहीं गए कहते लाभ आए नहीं क्या भी मैं कंप्लेट करूंगा तो ना मैं आए कहा मैं कंप्लेट करा कंप्लेट करने की बजाय मैं फाड़न नू भी कहता सीगा भी असी ला देना फिर ये हाँ वो कहते कोई गल नहीं असी ला चले जी अपनी कंधा लवाया होना चाहे चाहे जिम की कंधा चाहे किसी की भी कंध होंगी पर मूह इधरली साइड है इधरली साइड भैया इधर आओ माड़ा सा नीचे आओ थोड़ा जल्दी इधर से नीचे आओ ये इन्हों के हाथ के मेरे ख्याल नाल पोस्टर मैं देखा सी पहला शायद वही शख्स है अच्छा मेरी बात सुनो इधर से ये पोस्टर आपने लगाया आपके हाथ में पोस्टर था वो कौन सा पोस्टर था केड़ा हाँ वो केड़ा पोस्टर सी हैं दूसरा केड़ा अच्छा तानू पता है किने लाया सो इत्थे मेरे नाल कुछ होर जिहड़े ने शख्स भी ने आपां उहनां नाल भी गलबात करांगे भाई साहब की नाम है तुहाडा मैं हरजीत सिंह पाटिया इत्थों समाज सेवक अच्छा तुसीं मैनूं एक गल दसो अज तक तुहानूं इत्थे मेरे ख्याल नाल तुहाडी तां उमर ही लंघ गई होऊगी इत्थे खन्ने शहर दे विच कदे अज तक वेख्या सुनिया या कन्नी गल पई सी भी कदे मड़ियां दे विच भी कदे सियासी पोस्टर लगे ने देखो एक ऐसी पाक ते पवित्र जगह है ਜਦੋਂ ਆਪਾਂ ਇਸ ਫਾਨੀ ਸੰਸਾਰ ਨੂੰ ਆਪਾਂ ਸਭ ਨੇ ਇੱਕ ਦਿਨ ਅਲਵਿਦਾ ਕਹਿ ਜਾਣਾ ਔਰ ਆਪਾਂ ਸਭ ਨੇ ਕਿੱਥੇ ਜਾਣਾ ਔਰ ਸਾਡਾ ਵੀ ਮੇਰਾ ਵੀ ਸੀਵਾ ਇੱਥੇ ਬਣਨਾ ਇੱਕ ਦਿਨ ਪਰ ਅਫਸੋਸਜਨਕ ਘਟਨਾ 'ਚ ਘਟੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤੁਸੀਂ ਇੱਕ ਬਹੁਤ ਵੱਡਾ ਬੀਜੇਪੀ ਪਾਰਟੀ ਦਾ ਬਹੁਤ ਵੱਡਾ ਬੋਰਡ ਲੱਗਿਆ ਪਾਰਟੀ ਪ੍ਰਚਾਰ ਵੋਟਾਂ ਦੇ ਵਾਸਤੇ ਬਹੁਤ ਸ਼ਰਮਨਾਕ ਘਟਨਾ ਸ਼ਹਿਰ 'ਚ ਬਹੁਤ ਸਾਰੀਆਂ ਜਗ੍ਹਾ ਨੇ ਜਿੱਥੇ ਜਾ ਕੇ ਬੋਰਡ ਲਗਾ ਸਕਦੀ ਪਰ ਉਹਨਾਂ ਨੇ ਜਗ੍ਹਾ ਚੁਣ ਕੇ ਸਾਡੀ ਮਨ ਦੀ ਠੇਸ ਭਾਵਨਾ ਪਹੁੰਚਾਈ ਹੈ ਅਗਰ ਇਹ ਹਰਕਤ ਸ਼੍ਰੋਮਣੀ ਅਕਾਲੀ ਦਲ ਮੈਂ ਸ਼੍ਰੋਮਣੀ ਅਕਾਲੀ ਦਲ ਵਰਕਰ ਵੀ ਹਾਂ ਅਤੇ ਲੀਡਰ ਵੀ ਹਾਂ ਅਗਰ ਸ਼੍ਰੋਮਣੀ ਅਕਾਲੀ ਦਲ ਵੀ ਹਰਕਤ ਕਰਦਾ ਤਾਂ ਮੈਂ ਉਹਦੀ ਵੀ ਵੱਡੇ ਸ਼ਬਦਾਂ 'ਚ ਨਿਖੇਧੀ ਕਰਨੀ ਸੀ ਔਰ ਇਸ ਦੇ ਨਾਲ ਅਗਰ ਕੋਈ ਕਾਂਗਰਸ ਪਾਰਟੀ ਜਾਂ ਆਮ ਪਾਰਟੀ ਉਹਨੂੰ ਵੀ ਹਰਕਤ ਨਿਰਣ ਨਹੀਂ ਕੀਤੀ ਪਰ ਬੀਜੇਪੀ ਨੇ ਕਰਤੀ ਤੁਸੀਂ ਮੇਰੇ ਪਿੱਛੇ ਦੇਖਦੇ ਹੋ ਹਨੂੰਮਾਨ ਮਹਾਰਾਜ ਦੀ ਫੋਟੋ ਦੇਖੋ ਕਿੰਨੀ ਬਿਰਧ ਹੋ ਚੁੱਕੀ ਹੈ ਪੁਰਾਣੀ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਦੇਖੋ ਕਿੰਨੀ ਬਿਰਧ ਹੋ ਚੁੱਕੀ ਹੈ ਮਾਤਾ ਰਾਣੀ ਦੀ ਫੋਟੋ ਉਹ ਬਿਰਧ ਹੋ ਚੁੱਕੀ ਹੈ ਇਹਨਾਂ ਨੂੰ ਲਵਾਉਣ ਦੀ ਕੋਸ਼ਿਸ਼ ਨਹੀਂ ਕਿਸੇ ਨੇ ਕੀਤੀ ਪਰ ਇਸ ਤੋਂ ਇਲਾਵਾ ਤੁਸੀਂ ਦੇਖੋ ਇੱਕ ਬਹੁਤ ਵੱਡਾ ਬੋਰਡ ਜੋ ਕਿ ਦੇਖੋ ਸ਼ਹਿਰ ਦੇ ਵਿੱਚ ਬਹੁਤ ਵੱਡੀ ਮੈਨੂੰ ਲੱਗਦਾ ਇਸ ਇਲਾਕੇ ਦੇ ਜੋ ਇੱਥੋਂ ਬੀਜੇਪੀ ਦੇ ਆਗੂ ਨੇ ਤੁਸੀਂ ਦੇਖ ਸਕਦੇ ਵੱਡੀ ਸਾਰੀ ਫੋਟੋ ਛਾੜੀ ਆ ਜੀ ਇੱਕ ਨਾਲ ਮੇਰੇ ਖਿਆਲ ਸ਼ਾਇਦ ਮੈਨੂੰ ਨਾਮ ਨਹੀਂ ਪਤਾ ਸ਼ਾਇਦ ਰਵੀ ਨੂੰ ਸ਼ਾਇਦ ਰਵੀ ਪਤਾ ਨਹੀਂ ਕੀ ਨਾਮ ਹੈ ਸ਼ਾਇਦ ਰਵੀ ਇੱਥੋਂ ਦਾ ਇਲਾਕੇ ਦਾ ਹੈਗਾ ਮੇਰੇ ਚਲੋ ਇੱਥੇ ਪਰ ਜਿਹੜੀ ਇਹ ਘਟਨਾ ਘਟੀ ਹੈ ਬਹੁਤ ਹੀ ਸ਼ਰਮਨਾਕ ਘਟਨਾ ਹੋਈ ਹੈ ਮੈਂ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਕਿਉਂਕਿ ਪ੍ਰਚਾਰ ਕਰਨ ਨੂੰ ਜਗ੍ਹਾ ਬਹੁਤ ਨੇ ਪਾਰਕਿੰਗਾਂ ਨੇ ਸ਼ਹਿਰ 'ਚ ਹੋਰ ਜਗ੍ਹਾ ਨੇ ਉਹ ਯਾਰ ਤੁਸੀਂ ਯਾਰ ਜਗ੍ਹਾ ਦਾ ਪੁੱਛਦਾ ਇੱਥੇ ਮਨ ਨੂੰ ਸ਼ਾਂਤੀ ਦੁਖੀ ਹਿਰਦੇ ਨਾਲ ਪਾਉਂਦੇ ਜਦੋਂ ਦੁਖੀ ਹਿਰਦੇ ਨਾਲ ਆਉਂਦੇ ਹਾਂ ਜਦੋਂ ਸਾਡੇ ਸੀਵੇਜ ਸਾਨੂੰ ਲਟਾਇਆ ਜਾਂਦਾ ਕਿਸੇ ਮ੍ਰਿਤਕ ਦੇਹ ਨੂੰ ਤਾਂ ਉਦੋਂ ਸਾਡਾ ਮਨ ਕਲਪਦਾ ਹੁੰਦਾ ਰੋਂਦਾ ਹੁੰਦਾ ਅਤੇ ਆਹ ਬੋਰਡ ਇੱਥੇ ਸਿਆਸਤ ਕਰਨ ਨੂੰ ਲਗਾਇਆ ਗਿਆ ਜੋ ਕਿ ਬਹੁਤ ਹੀ ਸ਼ਰਮਨਾਕ ਘਟਨਾ ਘਟੀ ਹੈ ਮੈਂ ਸੁਣਿਆ ਇਲੈਕਸ਼ਨ ਕਮਿਸ਼ਨ ਨਾਲ ਵੀ ਗੱਲ ਹੋਈ ਹੈ ਇਸ ਚੀਜ਼ ਦੀ ਕੰਪਲੇਂਟ ਕੀਤੀ ਗਈ ਹੈ ਉਹਨਾਂ ਦੇਖੋ ਜੀ ਇੱਥੇ ਇਲੈਕਸ਼ਨ ਕਮਿਸ਼ਨ ਦੀ ਮੇਰੇ ਖਿਆਲ ਹਰਸ਼ ਕੁਮਾਰ ਭੱਲਾ ਜੀ ਜੋ ਕਿ ਉੱਘੇ ਸਮਾਜ ਸੇਵਕ ਖੰਨੇ ਦੇ ਸਮਾਜ ਸੇਵਕ ਖੜੇ ਨੇ ਇਹਨਾਂ ਨੇ ਗੱਲਬਾਤ ਵੀ ਕੀਤੀ ਹੈ ਅਤੇ ਉਹ ਪਤਾ ਲੱਗਿਆ ਵੀ ਕੁਛ ਦੇਰ 'ਚ ਇੱਥੋਂ ਆਉਣ ਵਾਲੇ ਨੇ ਉਹ ਤੁਸੀਂ ਗੱਲਬਾਤ ਕੀਤੀ ਇਲੈਕਸ਼ਨ ਕਮਿਸ਼ਨ ਨਾਲ ਕੀਤੀ ਹੈ ਮੇਰੀ SDM ਉਹਨਾਂ ਦਾ ਮੈਡਮ SDM ਨਾਲ ਵੀ ਗੱਲ ਹੋਈ ਹੈ ਅਤੇ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵੀ ਮੈਂ ਛੇਤੀ ਤੋਂ ਛੇਤੀ ਮਤਲਬ ਕੋਈ ਨਾ ਕੋਈ ਇੱਥੇ ਟੀਮ ਹੈ ਜਿਹੜੀ ਭੇਜ ਰਹੀ ਹਾਂ ਅਤੇ ਪਰ ਜੇ ਦੇਖਿਆ ਜਾਵੇ ਨਾ ਇਹ ਮੋਰਲੀ ਅਤੇ ਐਥਿਕਲੀ ਜਾਂ ਆਪਾਂ ਕਹੀਏ ਵੀ ਇਹ ਸਾਡੀਆਂ ਸਮਾਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਦੇ ਖਿਲਾਫ ਗੱਲ ਹੈ ਵੋਟਾਂ ਲੜਨਾ ਜਮਹੂਰੀ ਹੱਕ ਆ ਕੋਈ ਲੜੇ ਏ ਲੜੇ ਬੀ ਲੜੇ ਸੀ ਲੜੇ ਕਿਸੇ ਪਾਰਟੀ ਤੋਂ ਲੜੇ ਪਰ ਰੱਬ ਦਾ ਘਰ ਤਾਂ ਬਖਸ਼ ਦਿਓ ਯਾਰ ਤੁਸੀਂ ਇੱਕ ਸ਼ਮਸ਼ਾਨ ਘਾਟ ਨੂੰ ਆਪਣਾ ਪਾਰਟੀ ਦਾ ਦਫ਼ਤਰ ਬਣਾ ਲਿਆ ਉਹ ਸ਼ਰਮ ਕਰੋ ਯਾਰ ਸ਼ਰਮ ਕਰੋ ਇੱਦਾਂ ਜੇ ਵੋਟਾਂ ਜਿੱਤਣੀਆਂ ਨੇ ਜੇ ਤੁਸੀਂ 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 ਮਰੇ ਹੋਏ ਬੰਦਿਆਂ ਦੇ ਨਾਮ ਦੇ ਉੱਤੇ ਵੋਟਾਂ ਜਿੱਤਣੀਆਂ ਨੇ ਤਾਂ ਬੜੀ ਲਾਂਟ ਵਾਲੀ ਗੱਲ ਹੈ ਮੈਨੂੰ ਬੜਾ ਦੁੱਖ ਲੱਗਿਆ ਮੈਂ ਮੇਰੇ ਇਹ ਸਰਵ ਧਰਮ ਜਗ੍ਹਾ ਜੀ ਇੱਥੇ ਹਿੰਦੂ ਵੀ ਆਉਂਦੇ ਨੇ ਇੱਥੇ ਸਿੱਖ ਵੀ ਆਉਂਦੇ ਨੇ ਜਿਹੜੇ ਵੀ ਇਸ ਵਿਧੀ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੁਖਸਤ ਕਰਦੇ ਨੇ ਅਤੇ ਉਹਨਾਂ ਦੇ ਮਨ 'ਤੇ ਕੀ ਬੀਤੂਗੀ ਵੀ ਅਸੀਂ ਸ਼ਮਸ਼ਾਨ ਘਾਟ ਆਏ ਹਾਂ ਕਿ ਅਸੀਂ ਕਿਸੇ ਪਾਰਟੀ ਦੇ ਦਫ਼ਤਰ ਦੇ ਵਿੱਚ ਆਏ ਹਾਂ ਇਹਨੂੰ ਬੋਰਡ ਲਵਾਉਣ ਵਾਲੇ ਨੇ ਜਿਹੜੇ ਆਹ ਤੁਸੀਂ ਮੈਂ ਜਾਣਦਾ ਨਹੀਂ ਇਹਨਾਂ ਨੂੰ ਜ਼ਿਆਦਾ ਰਵਿੰਦਰ ਕੁਮਾਰ ਰਵੀ ਨੇ ਜਿਹੜੇ ਪ੍ਰਧਾਨ OBC ਮੋਰਚਾ ਇਹਨਾਂ 'ਤੇ ਬਕਾਇਦਾ
295 ए दा लोकां दीआं धार्मिक भावनावां भड़काउण दा परचा होना चाहिए क्योंकि यह पब्लिक की जगह है। यह कंध जिम की नहीं हैगी, यह कंध का जिहड़ा कंध की जिहड़ी बैक है यह बिल्कुल शमशान घाट के बिच है। इत्थे इन्हां दा कोई हक नहीं बनता है कि ये इत्थे बोर्ड ला देण, यह गैर कानूनी है। वैसे भी म्युनिसिपल लॉ के अंडर है जिहड़ा यह एक गैर कानूनी काम है। जिमें कि साडे जिहड़े इत्थे दे सेवक ने मुख सेवक ने निम्मा जी ने दस्सिया कि उन्होंने वरजिया भी इन्हां नूं भी तुसीं ये काम ना करो भी इहदा इहदा इह तुसीं गलत कर रहे हो और वाकई गलत होया। मैं एक हिंदू होने के नाते इन्हां नूं लख लानता पाउना जी। अच्छा भाई साहब तुहाडा की नाम है? घरे सुनिया सी बई यार जिवें मैं भाई साहब नूं सवाल किया भी अज तक मैं जिवें हुण गुरुआं पीरां दी फोटोआं लगियां होईआं ने भी उन्हों तो भी उत्ते किते ना किते हुण बीजेपी वाले हो गए, कदे सुनिया सी ये चीज़? सर ये कदे गल सुनी नहीं, कदे ना कदे देखी अज तक। जे कहीए स्वर्ग द्वार कहिंदे ने इहनूं जां इत्थे गुरुआं दे दीआं फोटोआं लगियां ने जां देवी देवत्यां दी फोटो लगियां, आ पहले ने आ किधरों देवी देवते बनाते इन्हां ने साडे, ये 25x15 दा एड्डा बोर्ड लवाता। एक तो असीं पहलां ही दुखी हो के अपना बंदा इत्थे रुखसत करन जांदे आ करके जांदे आ, उत्तों ये पोलीटिकल दफ्तर बनता जा रहा शमशान घाट अज का खन्ने का। अच्छा तुसीं मान लो हुण जे मान लो गुरप्रीत भट्टी जी हो सकदा है तुहाडी ये वीडियो वेख के तुहाडे ते कहण तुहानूं वी कि तुहानूं फोन आ सकदा है वी भाई तुसीं साडे खिलाफ़ क्यों बोल रहे हो, क्योंकि बीजेपी वाले अक्सर होंदे ने या सियासी पार्टियां जिहड़ी वड्डी पोलीटिकल पार्टियां होंदियां ने उह लोकां दी आवाज़ नूं चुप कराउण दी दबाउण दी कोशिश करदियां ने, फिर मान लो तुहानूं फोन आ गया फिर? सर असीं पहलां तां ना दबण वाले आ ना असीं पोलीटिकल पार्टी नाल किसे दा साडा संबंध आ, असीं इक नॉर्मल फैमिली चों बिलोंग करदा ना सानू इन्हां दा कोई डर पै, सानू वध वधे झूठे परचियां च दर्ज करा सकदे साडे ते होर ज़्यादा कुछ नहीं। ते दूई गल जे कहीए ये पोलीटिकल पार्टी एक दफ्तर बन गया, इन्हां नूं ये चीज़ चाहीदी सी कि रब दे द्वार नूं छड्ड के कि होर बथेरी थावां ने जे यही चीज़ सोचनी है ये पब्लिक टॉयलेटां ने उत्थे चले जाण। इधरली साइड इलैक्शन कमीशन तो भी जिहड़े ने उच्च अधिकारी जिहड़े ने आला अधिकारी जिहड़े ने उह पहुँच चुके ने। मैं दिखा देवां कि इन्हां दी कंप्लेंट की गई सी इस जगह पर, तो इत्थे इलैक्शन कमीशन भी जिहड़ा आ राउंड ते सीगा ते उह उन्हां नूं भी जिवें मैं दस्सिया सी वीडियो दे विच भी कंप्लेंट की गई सी। मैं कोशिश करूँगा कि इन्हां नाल भी गलबात करन दी भी, क्योंकि पहली बार वेख्या ते पहली बार सुनिया कन्नी जद गल पई तां इहनां दा हिरदा भी वलूंद रहा गया। भाई साहब सत श्री अकाल। सर की नाम है तुहाडा जी? जसवंत सिंह जी। सर मेरे मेरे चित दिमाग दे विच तुहाडी वैसे उम्र किन्नी होगी वैसे? 54। सर ਤੁਸੀਂ ਕਰੇ ਸੁਣਿਆ ਕਿ ਕਰੇ ਇਸ ਜਗ੍ਹਾ ਦੇ ਵਿੱਚ ਮੜੀਆਂ ਦੇ ਵਿੱਚ ਕਰੇ ਕੋਈ ਸਿਆਸੀ ਪਾਰਟੀ ਦਾ ਵੋਟ ਲੱਗ? ਸਾਨੂੰ ਕੰਪਲੇਂਟ ਆਈ ਆ, ਅਸੀਂ ਉਹਦੇ ਬਾਰੇ ਅੱਗੇ ਕਾਰਵਾਈ ਕਰ ਰਹੇ ਹਾਂ। ਕੀ ਕਾਰਵਾਈ ਹੋਣ ਜਾ ਰਹੀ ਹੈ ਹੁਣ ਇਹਨਾਂ ਤੇ? ਤੇ ਇਸ ਪੋਸਟਰ ਦੇ ਅਸੀਂ ਇਹ ਹੁਣ ਸਨੈਪ ਲੈ ਕੇ ਅੱਗੇ ਸੈਂਡ ਕਰਦੇ ਹਾਂ, ਠੀਕ ਹੈ? ਤੇ ਜੇਕਰ ਪਰਮਿਸ਼ਨ ਲਈ ਹੋਈ ਤਾਂ ਵੈਲ ਐਂਡ ਗੁੱਡ, ਜਿੰਨੇ ਵਿਦਆਊਟ ਪਰਮਿਸ਼ਨ। ਕੀ ਮੜੀਆਂ ਦੇ ਵਿੱਚ ਲਾਉਣ ਦੀ ਪਰਮਿਸ਼ਨ ਹੈ? ਪਲੇਸ ਤੇ ਨੋ ਪਰਮਿਸ਼ਨ। ਹਾਂਜੀ, ਪਬਲਿਕ ਪਲੇਸ ਤੇ ਕੋਈ ਪਰਮਿਸ਼ਨ ਨਹੀਂ, ਪਬਲਿਕ ਪਲੇਸ ਤੇ ਇਸ ਤਰ੍ਹਾਂ ਬੈਨਰ ਜਾਂ ਬੋਰਡ ਨਹੀਂ ਲਗਾਇਆ ਜਾ ਸਕਦਾ। ਜੇ ਮੰਨ ਲਓ ਹੁਣ ਜਿਵੇਂ ਜਾਰੀ ਕਰਤਾ ਇਹਨਾਂ ਨੇ ਵੱਡਾ ਵੱਡਾ ਕਰਕੇ ਲਿਖਿਆ ਰਵਿੰਦਰ ਕੁਮਾਰ ਰਵੀ ਜ਼ਿਲ੍ਹਾ ਪ੍ਰਧਾਨ OBC ਮੋਰਚਾ, ਜੇ ਮੰਨ ਲਓ ਇਹਨਾਂ ਨੇ ਪਰਮਿਸ਼ਨ ਨਾ ਲਈ ਫਿਰ ਇਹਨਾਂ ਤੇ ਪਰਚਾ ਹੋਊਗਾ? ਨਹੀਂ, ਕਿਨੇ ਦੇਖੋ ਮਹਿਕਮੇ ਦੇ ਅਕੋਰਡਿੰਗ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਜੋ ਬਣਦੀ ਕਾਰਵਾਈ ਹੋਊ ਉਹ ਕੀਤੀ ਜਾਏ ਕੀਤੀ ਜਾਵੇ। ਸੋ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਵੇਖਿਆ ਕਿ ਇਲੈਕਸ਼ਨ ਕਮਿਸ਼ਨ ਨੇ ਵੀ ਇਹ ਭਰੋਸਾ ਦਵਾਇਆ ਹੈ ਕਿ ਇਹਨਾਂ ਤੇ ਜਿੰਨੀ ਕੁ ਬਣਦੀ ਕਾਰਵਾਈ ਹੋਈ, ਜੇ ਇਹਨਾਂ ਨੇ ਜੇ ਇਹਨਾਂ ਦੀ ਪਰਮਿਸ਼ਨ ਨਹੀਂ ਲਿੱਤੀ ਹੋਏਗੀ ਤਾਂ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ। ਪਰ ਮੈਂ ਪਹਿਲੀ ਵਾਰ ਸੁਣਿਆ ਕਿ ਯਾਰ ਇਸ ਜਗ੍ਹਾ ਤੇ ਇਸ ਪਵਿੱਤਰ ਸਥਾਨ ਦੇ ਉੱਤੇ ਵੀ ਰੱਬ ਨੂੰ ਬਖਸ਼ਤਾ ਰੱਬ ਨੂੰ, ਮਤਲਬ ਕਿ ਇਹ ਨਹੀਂ ਸਮਝਿਆ ਕਿ ਰੱਬ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਸੀ। ਆ ਗੁਰਪ੍ਰੀਤ ਸਿੰਘ ਭੱਟੀ ਜੀ ਉਹਨਾਂ ਨੇ ਇੱਥੋਂ ਜਿਹੜਾ ਆ ਬਹੁਤ ਵੱਡਾ ਪੋਸਟਰ ਜਿਹੜਾ ਲਗਾ ਕੇ ਇਹ ਸਾਰਾ ਜਿਹੜਾ ਆ ਮੇਰੇ ਖਿਆਲ ਨਾਲ ਇੱਕ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਉਦਾਹਰਣ ਦਿੱਤਾ ਕਿ ਅਸੀਂ ਤਾਂ ਰੱਬ ਤੋਂ ਵੀ ਉੱਤੇ ਹੋ ਗਏ। ਪਰ ਮੈਂ ਤੁਹਾਨੂੰ ਚਾਹੁੰਦਾ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਲੀਜ਼। ਐਸੀਆਂ ਹੋਰ ਵੀਡੀਓ ਸਮੇਂ ਸਮੇਂ ਸਿਰ ਤੁਹਾਡਾ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦੀ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।